ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ ਅੱਜ ਬਹੁਤ ਟਾਈਮ ਤੋਂ ਬਾਅਦ ਇੱਕ ਸਪੈਸ਼ਲ ਇਨਫੋਰਮੇਟਿਵ ਵੀਡੀਓ ਬਣਾਉਣ ਜਾ ਰਿਹਾ ਮੈਂ ਪਹਿਲਾਂ ਬਹੁਤ ਵੀਡੀਓ ਦੇ ਵਿੱਚ ਵਲੌਗ ਆਏ ਸੀਗੇ ਹੈ ਨਾ ਆਪਣੇ ਵਲੌਗ ਹੀ ਆਉਂਦੇ ਰਹੇ ਆਪਾਂ ਜਿੱਥੇ ਟ੍ਰਿਪ 'ਤੇ ਗਏ ਜਿੱਥੇ ਵੀ ਗਏ ਹੈ ਨਾ ਸਾਡੇ ਪਾਸੇ ਆਪਾਂ ਵਲੌਗ ਬਣਾਉਂਦੇ ਰਹੇ ਬਟ ਅੱਜ ਇਸ ਵੀਡੀਓ ਦੇ ਵਿੱਚ ਮੈਂ ਇੱਕ ਕਮੈਂਟ ਆਇਆ ਸੀਗਾ ਮੈਨੂੰ ਕਿ ਟਰੱਕ GPS ਕਿਹੜੀ ਕੰਪਨੀ ਦਾ ਯੂਜ਼ ਕਰਦੇ ਜੇ ਅਤੇ ਉਹ ਕਿਵੇਂ ਯੂਜ਼ ਕਰਦੇ ਉਹਦੇ ਉੱਤੇ ਪ੍ਰੋਪਰ ਵੀਡੀਓ ਬਣਾ ਕੇ ਮੈਨੂੰ ਦੱਸਿਓ ਸੋ ਮੈਂ ਆਹ ਮੇਰਾ ਟਰੱਕ GPS ਆ ਆਹ ਜਿਹੜਾ ਠੀਕ ਆ ਅਜੇ ਬੰਦ ਰੱਖਿਆ ਇਹਨੂੰ ਮੈਂ ਰਾਤ ਦਾ ਬੰਦ ਪਿਆ ਜਿਵੇਂ ਉੱਠਿਆ ਹੀ ਹਾਂ ਅਤੇ ਇਹਦੇ ਬਾਰੇ ਮੈਂ ਸਾਰੀ ਨੌਲੇਜ ਤੁਹਾਨੂੰ ਦੇਵਾਂਗਾ ਅਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਇੱਕ ਵਾਰ ਤੁਹਾਨੂੰ ਮੈਂ ਬਾਹਰ ਦਾ ਗੇੜਾ ਕੱਢ ਦਿੰਦਾ ਦਿਖਾ ਦਿੰਦਾ ਕਿ ਹਾਂ ਵੀ ਮੌਸਮ ਕਿਵੇਂ ਆ ਅਤੇ ਕਿੰਨੇ ਡਿਗਰੀ ਟੈਂਪਰੇਚਰ ਆ ਅਤੇ ਇਸ ਟਾਈਮ ਮੈਂ ਹੈਗਾ ਜੀ ਅਰਕਨਸਾਸ ਠੀਕ ਆ ਇਹ US ਦੀ ਅਮੈਰੀਕਾ ਦੀ ਇਹ ਸਟੇਟ ਆ ਅਰਕਨਸਾਸ ਮੈਂ ਉੱਥੇ ਹੈਗਾ ਜੀ ਪਤਾ ਨਹੀਂ ਕਿੱਦਾਂ ਪ੍ਰਨਾਊਂਸ ਕਰਦੇ ਆ ਕਈ ਅਰਕਾਨਸਸ ਵੀ ਪ੍ਰਨਾਊਂਸ ਕਰਦੇ ਆ ਕਈ ਅਰਕਨਸਾਸ ਵੀ ਪ੍ਰਨਾਊਂਸ ਕਰਦੇ ਆ ਅਤੇ ਇਹ ਹੈਗਾ ਜੀ ਆਪਣਾ ਟ੍ਰੇਲਰ ਠੀਕ ਆ ਇਹਦੇ ਵਿੱਚ ਆਪਣੇ ਕੋਲ ਬਿਸਕਟ ਟੋਸਟ ਬ੍ਰੈਡ ਸਾਰਾ ਕੁਝ ਇਹਦੇ ਵਿੱਚ ਪਿਆ ਜੀ ਠੀਕ ਆ ਅਤੇ ਸਾਰਾ ਫਰੀਜ਼ ਹੋਇਆ ਪਿਆ -10 ਡਿਗਰੀ ਟੈਂਪਰੇਚਰ ਲਾਇਆ ਹੋਇਆ ਅਤੇ ਇਹ ਹੈਗਾ ਲੋਡ ਵਾਲਮਾਰਟ ਦਾ ਅਤੇ ਟੈਂਪਰੇਚਰ ਹੈਗਾ ਜੀ ਇੱਥੇ 10 ਡਿਗਰੀ ਅਤੇ ਇਸ ਟਾਈਮ ਟੋਰਾਂਟੋ ਦੇ ਵਿੱਚ ਟੈਂਪਰੇਚਰ ਹੈਗਾ ਜੀ -5 ਡਿਗਰੀ ਅਤੇ ਹੌਲੀ ਹੌਲੀ ਆਪਾਂ ਅੱਗੇ ਜਾਣਾ ਹਜੇ ਅਤੇ ਇਸ ਵੀਡੀਓ ਦੇ ਵਿੱਚ ਤਾਂ ਮੈਂ ਦਿਖਾਊਂਗਾ ਜੀ ਚੀਜ਼ਾਂ ਹੈ ਨਾ ਕਿ ਮੈਂ ਟੈਕਸਸ ਕਿੱਧਰ ਮੈਂ ਉੱਥੇ ਜਾਣਾ ਮੈਕਸੀਕੋ ਦੇ ਬਾਰਡਰ ਦੇ ਨੇੜੇ ਲਰੀਡੋ ਜੋ ਕਿ ਟੈਕਸਸ ਹੈ ਨਾ ਅਤੇ ਉੱਥੇ ਜਾਣਾ ਬਟ ਮੈਂ ਇਸ ਵੀਡੀਓ ਦੇ ਵਿੱਚ ਨਹੀਂ ਦਿਖਾਊਂਗਾ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਐਕਸਪਲੇਨ ਕਰੂੰਗਾ ਕਿ ਮੈਂ ਟਰੱਕ GPS ਕਿਵੇਂ ਯੂਜ਼ ਕਰਦਾ ਉਹਦੇ ਫਾਇਦੇ ਵੀ ਆ ਅਤੇ ਨੁਕਸਾਨ ਵੀ ਆ ਦੋਨੋਂ ਚੀਜ਼ਾਂ ਮੈਂ ਤੁਹਾਨੂੰ ਉਹਦੇ ਵਿੱਚ ਦੱਸਾਂਗਾ ਕੀ ਫਾਇਦਾ ਅਤੇ ਕੀ ਨੁਕਸਾਨ ਆ ਚਲੋ ਅੱਜ ਦੋਸਤ ਤੁਹਾਨੂੰ ਦਿਖਾਵਾਂ ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਐਕਸਪਲੇਨ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਚਾਹਾਂ ਕਿ ਇਸ ਚੈਨਲ ਦੀ ਜਿਹੜੀ ਆਡੀਅੰਸ ਹੈ ਨਾ ਜਿਹੜੇ ਇਸ ਚੈਨਲ ਦੀਆਂ ਵੀਡੀਓਜ਼ ਦੇਖਦੇ ਆ ਹੈ ਨਾ 50-60% ਇੱਦਾਂ ਦੇ ਆ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਠੀਕ ਆ ਅਤੇ ਤੁਸੀਂ ਤਾਂ ਵੀਡੀਓ ਦੇਖਣੀ ਹੁੰਦੀ ਹੈ ਜੇ ਤੁਸੀਂ ਵੀਡੀਓ ਦੇਖਣੀ ਹੈ ਚੈਨਲ ਵੀ ਸਬਸਕ੍ਰਾਈਬ ਕਰ ਲਓ ਅਕਾਊਂਟ ਵੱਧ ਜੂਗਾ ਆਪਣੇ ਸਬਸਕ੍ਰਾਈਬਰਸ ਦਾ ਅਤੇ ਜਿਹੜੀ ਵੀਡੀਓ ਜਿਹੜੀ ਤੁਹਾਨੂੰ ਵਧੀਆ ਲੱਗਦੀ ਆ ਹੋ ਸਕਦਾ ਕਿ ਅੱਗੇ ਹੋਰ ਕਿਸੇ ਨੂੰ ਹੈਲਪ ਕਰੇ ਤਾਂ ਅੱਗੇ ਵੀ ਸ਼ੇਅਰ ਕਰ ਦਿਆ ਕਰੋ ਚਲੋ ਦੋਸਤੋ ਜ਼ਿਆਦਾ ਟਾਈਮ ਆਪਾਂ ਵੇਸਟ ਨਹੀਂ ਕਰਦੇ ਅਤੇ ਇਹਦੀ ਜਿਹੜੀ ਇਹਦੇ ਨਾਲ ਆਹ ਜਿਹੜੀ ਚੀਜ਼ ਆ ਇਹਨਾਂ ਆਉਣ ਹੁੰਦਾ ਜੀ ਆਹ ਬੋਰਡ ਦੇ ਵਿੱਚ ਲਾ ਦੇਈਦਾ ਜਿਹਨੂੰ ਠੀਕ ਆ ਅਤੇ ਉਹ ਜੀ ਹੋ ਗਿਆ ਇਹਨੂੰ ਆਪਾਂ ਹੱਥ 'ਚ ਫੜ ਲੈਂਦੇ ਹਾਂ ਠੀਕ ਆ ਇਹਦੇ ਉੱਤੇ ਲਾਇਆ ਸੀਗਾ ਆਪਾਂ ਨੇੜੇ ਦਿਖਾਉਂਦੇ ਤੁਹਾਨੂੰ ਸਾਰਾ ਚਲੋ ਆਹ ਜਿਵੇਂ ਸਭ ਤੋਂ ਪਹਿਲਾਂ ਇਹਨੇ ਇੰਸਟਰਕਸ਼ਨ ਦਿੱਤੀਆਂ ਆਪਾਂ ਨੂੰ ਫਿਰ ਆਪਾਂ ਇਹਦੀ ਜਿਹੜੀ ਹਾਈਟ ਆ 13-6 ਰੱਖੀ ਹੋਈ ਆ ਅਤੇ ਵਿਡਥ ਇਹਦੀ 8-6 ਆ ਅਤੇ ਲੰਬਾ ਹੈਗਾ ਜੀ 73 ਫੁੱਟ ਆਪਾਂ ਇਹਦੀ ਸਿਲੈਕਟ ਕੀਤੀ ਹੋਈ ਆ ਹੈ ਨਾ ਆ ਸਾਰਾ 80,000 ਪਾਊਂਡ ਇਹਦੀ ਜਿਹੜੀ ਆ ਗਰੋਸ ਵੇਟ ਆ ਹੈ ਨਾ ਆਪਾਂ ਦੱਸਿਆ ਹੋਇਆ ਕਿ ਇੰਨਾ ਗਰੋਸ ਵੇਟ ਜਾਣਾ ਆਪਣੇ ਟ੍ਰੇਲਰ ਦੇ ਉੱਤੇ ਆ ਸਾਰੀਆਂ ਚੀਜ਼ਾਂ ਇਹਦੇ ਵਿੱਚ ਚਾਹੀਦੀਆਂ ਅਤੇ ਹੁਣ ਇਹਦੇ ਵਿੱਚ ਆਪਾਂ ਕਿੱਥੇ ਜਾਣਾ ਵਾ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਟਾਈਪ ਕਰਾਂਗੇ ਕਿ ਆਪਾਂ ਕਿਹੜੀ ਜਗ੍ਹਾ ਜਾਣਾ ਠੀਕ ਆ ਜਿਵੇਂ ਕਿ ਆਪਾਂ ਲਾ ਲਓ ਕੋਈ ਵੀ ਐਡਰੈਸ ਭਰ ਦਿੰਦੇ ਹਾਂ ਆਪਾਂ ਜਾਣਾ ਜੀ ਲਰੀਡੋ ਠੀਕ ਆ LARED ਲਰੀਡੋ ਇੱਕ ਹੈਗਾ ਜੀ ਟੈਕਸਸ ਵਾਲਾ ਇੱਕ ਹੈਗਾ ਜੀ ਮੈਥਿਊਸ ਵਾਲਾ ਠੀਕ ਆ ਹੁਣ ਦੋਨਾਂ ਦੇ ਵਿੱਚੋਂ ਆਪਾਂ ਜਿਹੜੇ 'ਤੇ ਜਾਣਾ ਉਹਨੂੰ ਆਪਾਂ ਸਿਲੈਕਟ ਕਰ ਲਾਂਗੇ ਆਪਾਂ ਜਾਣਾ ਟੈਕਸਸ ਵਾਲੇ ਲਰੀਡੋ ਠੀਕ ਆ ਅਤੇ ਉਹ ਹੁਣ ਉਹਦੀ ਪ੍ਰੋਸੈਸਿੰਗ ਸ਼ੁਰੂ ਹੋ ਗਈ ਆ ਅਤੇ ਪ੍ਰੋਸੈਸਿੰਗ ਡਨ ਹੋ ਗਈ ਆ ਗਿਆ ਲਰੀਡੋ ਆਪਾਂ ਇੱਕ ਵਾਰੀ ਜੇ ਆਪਾਂ ਧਿਆਨ ਦੇਣਾ ਹੈ ਨਾ ਆਹ ਝੰਡਾ ਬਣਿਆ ਆ ਗਿਆ ਕਿ ਇੱਥੇ ਲਰੀਡੋ ਆ ਠੀਕ ਆ ਅਤੇ ਇੱਕ ਵਾਰੀ ਕਨਫਰਮ ਕਰਨਾ ਜਦੋਂ ਆਪਾਂ ਕਨਫਰਮ ਕਰਨਾ ਆਪਾਂ ਆਪਣੇ ਗੂਗਲ ਮੈਪ ਦੇ ਵਿੱਚ ਫੋਨ ਦੇ ਵਿੱਚ ਭਰ ਕੇ ਦੇਖ ਲੈਣਾ ਲਰੀਡੋ ਅਤੇ ਉਹ ਭਰਾਂਗੇ ਤਾਂ ਆਪਾਂ ਬਾਅਦ ਵਿੱਚ ਲਰੀਡੋ ਦਾ ਸਿਲੈਕਟ ਕਰ ਦੇਣਾ ਹੈ ਨਾ ਇਹ ਮੀਡੀਅਮ ਆਹ ਸਿਟੀ ਵੀ ਆ ਗਈ ਕਿ ਇਹ ਮੀਡੀਅਮ ਜੀ ਸਿਟੀ ਆ ਨਾ ਵੱਡੀ ਆ ਨਾ ਛੋਟੀ ਸਿਟੀ ਆ ਠੀਕ ਆ ਆਹ ਲਰੀਡੋ ਆ ਇਹਨੂੰ ਆਪਾਂ ਜੂਮ ਆਊਟ ਕਰ ਲੈਣਾ ਠੀਕ ਆ ਜੂਮ ਆਊਟ ਕਰਕੇ ਦੇਖ ਲੈਣਾ ਕਿ ਹਾਂ ਵੀ ਇਹ ਸੱਚੀ ਉਹੀ ਲਰੀਡੋ ਆ ਹਾਂ ਕਿਉਂਕਿ ਜਿੱਥੇ ਮੈਂ ਜਾਣਾ ਹੈ ਨਾ ਹਾਈਵੇ 35 ਵਾਲਾ ਲਰੀਡੋ ਆ ਹਾਈਵੇ 35 ਦੇ ਉੱਤੇ ਸੋ ਆਹ ਹਾਈਵੇ 35 ਆ ਠੀਕ ਆ ਇਸ ਹਾਈਵੇ ਦੇ ਉੱਤੇ ਪੈਂਦਾ ਸੋ ਮੈਂ ਕਨਫਰਮ ਆ ਕਿ ਹਾਂ ਵੀ ਇਹੀ ਆ ਹੁਣ ਆਪਾਂ ਇੱਥੋਂ ਗੋ ਕਰ ਦੇਣਾ ਇਹਨੂੰ ਹੁਣ ਜਦੋਂ ਇੱਥੇ ਗੋ ਕਰਤਾ ਆਪਾਂ ਹੈ ਨਾ ਅਤੇ ਹੁਣ ਇਹਨੇ ਕੈਲਕੂਲੇਟ ਕਰਨਾ ਸਾਰਾ ਇਹਦੇ ਰੂਟ ਫਾਇੰਡ ਆਊਟ ਕਰਨੇ ਆ ਕਿ ਕਿਹੜਾ ਟਰੱਕ ਵਾਲਾ ਰੂਟ ਆ ਕਿਹੜਾ ਟਰੱਕ ਦਾ ਰੂਟ ਜਾਂਦਾ ਅਤੇ ਆਹ ਰੂਟ ਫਾਇੰਡ ਕਰ ਲਿਆ ਇਹਨੇ ਟਰੱਕ ਦਾ ਕਿਹੜਾ ਰੂਟ ਜਾਂਦਾ ਸਾਰਾ ਰੂਟ ਫਾਇੰਡ ਆਊਟ ਕਰਕੇ ਇਹਨੇ ਅਤੇ ਇੱਥੇ ਲੈਣ ਤਾ ਅਤੇ ਹੁਣ ਜਿਹੜੀ ਆਹ ਚੀਜ਼ ਆਉਂਦੀ ਆ ਆਹ ਦੇਖੋ ਇਹ ਪ੍ਰੋਸੈਸਿੰਗ ਲੈ ਰਿਹਾ ਜੇ ਕਿਉਂਕਿ ਮੈਂ ਇਸ ਏਰੀਏ ਮੈਂ ਰੇਂਜ ਨਹੀਂ ਹੈਗੀ ਜਿਹੜੇ ਏਰੀਏ 'ਚ ਮੈਂ ਹੈਗਾ ਸੋ ਆਹ ਜਿਹੜਾ ਏਰੀਆ ਵਾ ਹੈ ਨਾ
ਇਹ ਹੈਗਾ ਜੀ ਹਾਈਵੇ 40, ਹਾਈਵੇ 40 ਤੋਂ ਬਾਅਦ ਹਾਈਵੇ 30 'ਤੇ ਚੜ੍ਹਾਂਗੇ। ਇਹਨੂੰ ਆਪਾਂ ਜੂਮ ਆਊਟ ਕਰਕੇ ਦੇਖ ਲਵਾਂਗੇ ਇੱਕ ਵਾਰੀ ਕਿੱਧਰ ਲੈ ਕੇ ਜਾਂਦਾ ਆਪਾਂ ਨੂੰ, ਠੀਕ ਆ। ਤੁਰਨ ਤੋਂ ਪਹਿਲਾਂ ਕੱਲੀ ਕੱਲੀ ਚੀਜ਼ਾਂ ਆਪਾਂ ਕਨਫਰਮ ਕਰਨੀ ਆ ਕਿ ਲੈ ਕੇ ਕਿੱਧਰ ਜਾਂਦਾ ਆਪਾਂ ਨੂੰ, ਠੀਕ ਆ। ਆਹ ਦੇਖੋ ਇੱਕ ਮਿੰਟ, ਆ ਮੈਨੂੰ ਪਤਾ ਕਿ ਹਾਂ ਵੀ ਡੈਲਸ ਦੇ ਵਿੱਚੋਂ ਦੀ ਹੋ ਕੇ ਜਾਂਦਾ, ਠੀਕ ਆ। ਡੈਲਸ ਆਉਣਾ ਅਤੇ ਡੈਲਸ ਤੋਂ ਬਾਅਦ ਇੱਥੇ ਸੈਨ ਅੰਟੋਨੀਓ ਆਉਣਾ, ਆਹ ਸੈਨ ਅੰਟੋਨੀਓ ਆ ਗਿਆ ਹੈ ਨਾ, ਆਹ ਸੈਨ ਅੰਟੋਨੀਓ ਆ, ਅਤੇ ਆਹ ਲਰੀਡੋ ਆ ਦੋਸਤੋ। ਇੱਥੇ ਆਪਾਂ ਨੂੰ ਲਰੀਡੋ ਲੈ ਜਾਣਾ ਉਹਨੇ, ਹੈ ਨਾ। ਅਤੇ ਆਹ ਜਿਹੜਾ ਏਰੀਆ ਨਾ, ਜਿਹੜਾ ਆਹ ਜਿਹੜਾ ਚਿੱਟੇ ਚਿੱਟੇ ਡੋਟ ਦੇ ਵਿੱਚ ਆ, ਇਹ ਮੈਕਸੀਕੋ ਆ। ਸੋ ਆਪਾਂ ਨੂੰ ਇੱਥੇ ਜਾਣਾ, ਆਹ ਲਰੀਡੋ ਨਿਊ ਲਰੀਡੋ, ਆਹ ਮੈਕਸੀਕਨ ਭਾਸ਼ਾ ਦੇ ਵਿੱਚ ਲਿਖਿਆ ਵਾ, ਵੈਸੇ ਆਹ ਨਿਊ ਲਰੀਡੋ ਇਹਦਾ ਮਤਲਬ। ਅਤੇ ਹੁਣ ਆਪਾਂ ਨੂੰ ਕਿੱਦਾਂ ਪਤਾ ਲੱਗੂਗਾ ਕਿ ਆਪਾਂ ਨੂੰ ਕਿਹੜੇ ਕਿਹੜੇ ਹਾਈਵੇ ਦੇ ਥਰੂ ਲੈ ਕੇ ਜਾ ਰਿਹਾ ਹੈ, ਆਪਾਂ ਇਹਦੇ ਉੱਤੇ ਸਿਲੈਕਟ ਕਰ ਲਵਾਂਗੇ, ਠੀਕ ਆ। ਕੱਲੀ ਕੱਲੀ ਡਾਇਰੈਕਸ਼ਨ ਆ ਜੂਗੀ ਆਪਾਂ ਕਿੱਥੋਂ ਕਿੱਥੋਂ ਕਿੱਧਰ ਤੋਂ ਮੁੜਨਾ। ਸੋ ਆਹ ਉੱਤੇ ਦਿਖਾਇਆ ਜੀ 762 ਮੀਲਾਂ ਇੱਥੋਂ, ਅਤੇ ਆਹ 12 ਘੰਟੇ ਦਾ ਰਾਹ ਵਾ, ਠੀਕ ਆ। ਅਤੇ ਆਹ ਦੱਸਿਆ ਜੀ ਆਹ ਜਿਹੜੀ ਗਲੀ ਆ ਨਾ, ਉਹ ਸਾਹਮਣੇ ਗਲੀ ਜਿਹੜੀ, ਉੱਥੋਂ ਲੈਫਟ ਮੁੜਨਾ, ਲੈਫਟ ਮੁੜ ਕੇ ਫਿਰ ਹਾਈਵੇ ਦੇ ਉੱਤੇ ਚੜ੍ਹ ਜਾਣਾ, ਠੀਕ ਆ। 123 ਮੀਲਾਂ ਲਗਾਤਾਰ ਹਾਈਵੇ 'ਤੇ ਰਹਿਣਾ, ਫਿਰ ਆਪਾਂ US ਹਾਈਵੇ 75 'ਤੇ ਚੜ੍ਹ ਜਾਣਾ, ਠੀਕ ਆ। ਫਿਰ ਹਾਈਵੇ 75 'ਤੇ ਆਪਾਂ ਆ ਜਾਣਾ, ਉਸ ਤੋਂ ਬਾਅਦ ਇਹਨੇ 45 'ਤੇ ਚਾੜ ਦੇਣਾ। ਸੋ ਇੱਦਾਂ ਇਕੱਲਾ ਇਕੱਲਾ ਹਾਈਵੇ, ਹਾਈਵੇ 30, ਹਾਈਵੇ 30 'ਤੇ ਚੜ੍ਹ, ਇਕੱਲਾ ਇਕੱਲਾ ਦੱਸਿਆ ਕਿ ਕਿੰਨੇ ਕਿੰਨੇ ਮੀਲਾਂ ਬਾਅਦ ਆਪਾਂ ਕੈਨੂੰ ਕੈਨੂੰ ਟਰਨ ਲੈਣੀ ਆ, ਠੀਕ ਹੈ। 187 ਆਹ ਜਿਹੜਾ ਆਹੜਾ ਹਾਈਵੇ 35 ਆ, ਸਿੱਧਾ ਸਿੱਧਾ ਹੀ ਜਾਣਾ, ਲਰੀਡੋ ਹੀ ਜਾਣਾ ਸਿੱਧਾ ਸਿੱਧਾ। ਸੋ ਆਹ ਚੀਜ਼ਾਂ ਸਾਰੀਆਂ ਅਰਾਈਵ ਐਟ ਲਰੀਡੋ ਆ ਜਾਣਾ ਐਂਡ 'ਤੇ। ਸੋ ਆਹ ਚੀਜ਼ਾਂ ਬਹੁਤ ਵਧੀਆ ਇਹਦੀਆਂ। ਅਤੇ ਆਹ ਜਿਹੜੀ ਚੀਜ਼ ਆ, ਆਹ ਇੱਥੇ ਲਾਗੇ ਟਰੱਕ ਸਟੋਪ ਹੈ ਨਹੀਂ ਕੋਈ, ਜਿੱਥੇ ਮੈਂ ਹਾਂ ਬਸ ਇਹੀ ਟਰੱਕ ਸਟੋਪ ਆ, ਇੱਥੇ ਨੇੜੇ ਕੋਈ ਟਰੱਕ ਸਟੋਪ ਹੈ, ਅਤੇ ਇੱਥੇ ਕੋਈ ਅਜੇ ਤੱਕ ਸਰਚ ਕਰੀ ਜਾਂਦਾ ਆ ਨਹੀਂ ਰਿਹਾ ਨੇੜੇ ਦਾ ਟਰੱਕ ਸਟੋਪ। ਜਿਹੜਾ ਵੀ ਟਰੱਕ ਸਟੋਪ ਆਪਣੇ ਨੇੜੇ ਆਈ ਜਾਂਦਾ ਨਾ, ਆਪਾਂ ਜਦੋਂ ਡਰਾਈਵ ਕਰਦੇ ਸ਼ੁਰੂ ਕਰ ਦਿੰਦੇ ਹਾਂ ਨਾ, ਉਹ ਇੱਥੇ ਸ਼ੋਅ ਹੋ ਜਾਣਾ, ਅਤੇ ਆਹ ਰੈਸਟੋਰੈਂਟ ਆਈ ਜਾਣਾ ਕਿ ਕੋਈ ਰੈਸਟੋਰੈਂਟ ਆਉਣਾ, ਇੱਥੇ ਟਰੱਕ ਪਾਰਕਿੰਗ ਆਈ ਜਾਣੀ ਜਿੱਦਾਂ ਰੈਸਟ ਏਰੀਆ ਹੁੰਦੇ ਉੱਦਾਂ ਦੇ ਟਾਈਪ ਦੇ, ਠੀਕ ਆ, ਉਹ ਆਈ ਜਾਣਾ। ਅਤੇ ਆਹ ਜਿਹੜੀ ਚੀਜ਼ ਆ, ਇਕੱਲੇ ਰੈਸਟ ਏਰੀਏ ਸ਼ੋਅ ਕਰਦੀ ਆ ਜਾਂ ਮੋਟਲ ਸ਼ੋਅ ਕਰਦੀ ਆ, ਹਾਂ ਇਕੱਲੀ ਮੋਟਲ ਰੈਸਟ ਏਰੀਏ ਜਾਂ ਇੱਦਾਂ ਦੀ ਚੀਜ਼ਾਂ ਸ਼ੋਅ ਕਰਦੀ ਆ ਇਕੱਲੀ, ਹੈ ਨਾ। ਅਤੇ ਸਾਰਾ ਨੇੜੇ ਆਹ ਮੇਰੇ ਆਹ ਜਿਹੜਾ ਆਹ ਵਾ, ਆਹ ਰੈਸਟੋਰੈਂਟ ਸਾਹਮਣੇ ਆ, ਉਹਦੇ ਵਿੱਚ ਰੈਸਟੋਰੈਂਟ ਆ, ਠੀਕ ਆ, ਜਿਹੜਾ ਪਹਿਲੇ ਨੰਬਰ 'ਤੇ ਸ਼ੋਅ ਕਰੀ ਜਾਂਦਾ। ਅਤੇ ਇਹ ਚੀਜ਼ਾਂ ਹੁੰਦੀਆਂ ਇਹਦੀਆਂ, ਅਤੇ ਬੜਾ ਈਜ਼ੀ ਆ ਇਹ ਚਲਾਉਣਾ, ਔਖਾ ਨਹੀਂ ਹੈਗਾ, ਡਿਫੀਕਲਟ ਨਹੀਂ ਹੈਗਾ। ਆ ਸੈਟਿੰਗਾਂ ਵਿੱਚ ਹੁੰਦੀਆਂ ਇਹਦੇ ਸਾਰਾ ਕੁਝ। ਆ ਵੋਲੀਅਮ ਆਪਾਂ ਘੱਟ, ਆਪਾਂ ਵੋਲੀਅਮ ਮੈਂ ਮਿਊਟ ਕੀਤੀ ਹੋਈ ਸੀਗੀ ਮੈਂ, ਕਿਉਂਕਿ ਇਕੱਲੀ ਇਕੱਲੀ ਡਾਇਰੈਕਸ਼ਨ ਬੋਲ ਕੇ ਵੀ ਦੱਸਦੇ ਆ, ਇਹਦੇ ਵਿੱਚ ਮੈਂ ਮਿਊਟ ਕੀਤੀ, ਮੈਨੂੰ ਪਸੰਦ ਨਹੀਂ ਇਹ ਚੀਜ਼ਾਂ ਰੌਲਾ ਰੂਲਾ। ਆਹ ਇਹਦੇ ਵਿੱਚ ਆ ਗਿਆ ਬ੍ਰਾਈਟਨੈਸ ਵੱਧ ਜਾਂਦੀ ਆ, ਟਰਨਾਂ ਟੁਰਨਾਂ ਸਾਰਾ ਕੁਝ, ਅਪ ਹੈਡ ਉਹੀ ਜਿਹੜਾ ਮੈਂ ਤੁਹਾਨੂੰ ਦਿਖਾਇਆ, ਕਿਹੜਾ ਰੈਸਟੋਰੈਂਟ ਹੁੰਦਾ, ਕਿਹੜਾ ਟਰੱਕ ਸਟੋਪ ਹੁੰਦਾ, ਇਹ ਚੀਜ਼ਾਂ ਹੁੰਦੀਆਂ। ਅਤੇ ਆਹ ਜਿਹੜਾ GPS ਹੈਗਾ ਜੀ ਗਾਰਮਿਨ ਕੰਪਨੀ ਦਾ, ਗਾਰਮਿਨ GARMIN, 5 ਇੰਚੀ ਸਕਰੀਨ ਆ ਜੀ ਇਹਦੀ। ਇਹ ਤੋਂ ਵਧੀਆ ਵਧੀਆ ਬਹੁਤ ਮਿਲ ਜਾਂਦੇ ਆ, ਇਹ $400 ਦਾ, $410 ਦਾ ਆ ਕੈਨੇਡੀਅਨ ਦੇ ਹਿਸਾਬ ਨਾਲ। ਅਤੇ ਇਹਦੇ ਨਾਲੋਂ ਵਧੀਆ ਬਹੁਤ ਮਿਲ ਜਾਂਦੇ, $600-$600 ਦੇ, $500 ਦੇ, ਬਹੁਤ ਵੱਡੇ ਮਿਲ ਜਾਂਦੇ ਇਹਦੇ ਨਾਲੋਂ, ਵੱਡੀਆਂ ਸਕਰੀਨਾਂ ਵਾਲੇ ਕੈਮਰੇ ਲੱਗੇ ਹੁੰਦੇ ਉਹਨਾਂ ਵਿੱਚ, ਬਟ ਆਪਾਂ ਨੂੰ ਇਹੀ ਵਧੀਆ। ਅਤੇ ਇਹਦੇ ਨੁਕਸਾਨ ਅਤੇ ਫਾਇਦੇ ਮੈਂ ਤੁਹਾਨੂੰ ਦੱਸਦਾ ਕੀ ਆ। ਸਭ ਤੋਂ ਪਹਿਲਾਂ ਇਹਦਾ ਨੁਕਸਾਨ ਦੱਸਦਾ ਮੈਂ, ਨੁਕਸਾਨ ਇਹਦਾ ਇਹ ਆ ਜੀ, ਜਿੱਦਾਂ ਗੂਗਲ ਮੈਪ ਆ ਹੈ ਨਾ, ਫੋਨ ਵਾਲਾ ਮੈਪ ਆ ਜਿੱਦਾਂ, ਹੈ ਨਾ, ਇਹਦੇ ਦਿਖਾਉਣਾ ਹੈ ਨਾ, ਆਹ ਜਿੱਦਾਂ ਗੂਗਲ ਮੈਪ ਆ ਹੈ ਨਾ, ਇਹਦੇ ਵਿੱਚ ਲੇਟੈਸਟ ਚੀਜ਼ ਆ ਜਾਣੀ ਆ। ਜਿੱਦਾਂ ਆਪਾਂ ਜਾ ਰਹੇ ਹਾਂ, ਰੋਡ ਕਲੋਜ਼ ਆ ਹੈ ਨਾ, ਅਤੇ ਰੋਡ ਕਲੋਜ਼ ਬਾਰੇ ਦੱਸ ਦੇਣਾ ਕਿ ਰਾਈਟ ਵੇ ਰੋਡ ਕਲੋਜ਼ ਹੋਇਆ, ਜਾਂ 10 ਮਿੰਟ ਦਾ ਸਟੱਕ ਲੱਗਾ, 10 ਮਿੰਟ ਦਾ ਸਟੱਕ ਦੱਸ ਦੇਣਾ ਇਹਨੇ, ਹੈ ਨਾ, ਆਹ ਮੈਪ ਨੇ। ਅਤੇ ਇੱਦਾਂ ਇਕੱਲੀ ਇਕੱਲੀ ਚੀਜ਼ ਦੱਸ ਦੇਣੀ ਆ ਕਿ ਅੱਗੇ ਸਨੋਅ ਪੈ ਰਹੀ ਆ, ਉਹ ਵੀ, ਜਾਂ ਅੱਗੇ ਪੁਲਿਸ ਵਾਲਾ ਖੜ੍ਹਾ ਵਾ, ਉਹ ਵੀ ਦੱਸ ਦੇਣਾ ਇਹਦੇ ਵਿੱਚ, ਹੈ ਨਾ। ਇਕੱਲੀ ਇਕੱਲੀ ਚੀਜ਼ ਇਸ ਮੈਪ ਦੇ ਵਿੱਚ ਆ ਜਾਂਦੀ ਆ, ਠੀਕ ਆ। ਅਤੇ ਹੋਰ ਇਹਦੇ ਵਿੱਚ ਬਹੁਤ ਚੀਜ਼ਾਂ ਆ ਜਾਂਦੀਆਂ ਕਿ ਜਿੱਦਾਂ ਲਾ ਲਓ ਤੁਸੀਂ ਕੋਈ ਗੱਡੀ ਆ ਹੈ ਨਾ ਰੋਡ ਦੇ ਉੱਤੇ ਖੜ੍ਹੀ ਆ ਸਾਈਡ ਦੇ ਉੱਤੇ, ਅਤੇ ਉਹ ਆਊਟ ਆਫ ਸਰਵਿਸ ਹੋਈ ਆ, ਉਹਦੇ ਬਾਰੇ ਵੀ ਇਹਦੇ ਵਿੱਚ ਆ ਜਾਣਾ, ਕਿਸੇ ਨੇ ਮਾਰਕ ਕਰ ਦੇਣਾ ਕਿ ਹਾਂ ਵੀ ਇੱਥੇ ਜਿਹੜਾ ਵਹੀਕਲ ਆ ਅਨਅਟੈਂਡਡ ਆ, ਜਾਂ ਫਿਰ ਉਹ ਵਹੀਕਲ ਜਿਹੜਾ ਵਾ ਕਿ ਉਹਨੂੰ ਕਹਿ ਦਿੰਦੇ ਬ੍ਰੇਕ ਡਾਊਨ ਹੋਇਆ ਪਿਆ ਵਾ, ਬ੍ਰੇਕ ਡਾਊਨ ਦਾ ਮਤਲਬ ਖਰਾਬ ਹੋਇਆ ਪਿਆ। ਉਹ ਚੀਜ਼ਾਂ ਸਾਰੀਆਂ ਇਕੱਲੀ ਇਕੱਲੀ ਚੀਜ਼ ਇਸ ਲੇਟੈਸਟ ਦੇ ਵਿੱਚ, ਮਤਲਬ ਕਿ ਗੂਗਲ ਮੈਪ ਦੇ ਵਿੱਚ ਲੇਟੈਸਟ ਇਨਫੋਰਮੇਸ਼ਨ ਆਪਾਂ ਨੂੰ ਮਿਲ ਜਾਂਦੀ ਆ। ਹੋਰ ਵਧੀਆ ਇਹ ਚੀਜ਼, ਪਰ ਇਹਦੇ ਵਿੱਚ ਇੱਕ ਨੁਕਸਾਨ ਇਹ ਆ ਕਿ ਇੰਨੇ ਇਕੱਲਾ ਗੱਡੀਆਂ ਦਾ ਰਸਤਾ ਦੱਸਣਾ। ਹਾਂ ਜਿਹੜੇ ਹਾਈਵੇ ਵੱਡੇ ਆ ਉਹ ਤਾਂ ਆਪਾਂ ਟਰੱਕ ਲੈ ਕੇ ਜਾ ਸਕਦੇ ਹਾਂ ਜਿਹੜਾ ਸ਼ੋਅ ਕਰਤਾ ਇਹਨੇ, ਬਟ ਜਿਹੜੇ ਛੋਟੇ ਰਸਤੇ ਹੁੰਦੇ, ਗਲੀਆਂ ਹੁੰਦੀਆਂ ਨਾ, ਉਹਦੇ ਵਿੱਚ ਇਕੱਲਾ ਜਿਹੜਾ ਗੱਡੀਆਂ ਦਾ ਰੂਟ ਦੱਸਣਾ, ਟਰੱਕ ਦਾ ਰੂਟ ਨਹੀਂ ਦੱਸਣਾ, ਉਹ ਨੁਕਸਾਨ ਆ
ਆਪਣਾ ਇਹਦਾ ਗੂਗਲ ਮੈਪ ਦਾ ਬਟ ਜਿਹੜਾ ਨੁਕਸਾਨ ਤੁਹਾਨੂੰ ਮੈਂ ਦੱਸਿਆ ਕਿ ਹਾਂ ਵੀ ਲੇ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸੀ ਇਹਦੇ ਵਿੱਚ ਕਿ ਹਾਂ ਵੀ ਲੇਟੈਸਟ ਚੀਜ਼ਾਂ ਆ ਜਾਂਦੀਆਂ ਵਾ ਹੈ ਨਾ ਇੱਦਾਂ ਦੱਸ ਦਿੰਦੇ ਆ ਕਿੱਥੇ ਰੋਡ ਕਲੋਜ਼ ਆ ਉਹ ਜੀ ਪੀ ਐੱਸ ਦੇ ਵਿੱਚ ਨਹੀਂ ਦੱਸਦੇ ਉਹ ਜੀ ਪੀ ਐੱਸ ਦਾ ਨੁਕਸਾਨ ਉਸ ਚੀਜ਼ ਦਾ ਘਾਟਾ ਕਿ ਹਾਂ ਵੀ ਇੱਕ ਪਾਸੇ ਗੂਗਲ ਮੈਪ ਵਧੀਆ ਮੰਨਿਆ ਜਾਂਦਾ ਫੋਨ ਵਾਲਾ ਦੂਜੇ ਪਾਸੇ ਉਸੇ ਚੀਜ਼ ਦੇ ਵਿੱਚ ਜਿਹੜਾ ਵਾ ਜੀ ਪੀ ਐੱਸ ਜਿਹੜਾ ਵਾ ਉਹ ਗਲਤ ਮੰਨਿਆ ਜਾਂਦਾ ਮਤਲਬ ਕਿ ਉਹ ਚੀਜ਼ ਸਹੀ ਨਹੀਂ ਹੈਗੀ ਇਹਨਾਂ ਨੂੰ ਅਪਡੇਟ ਕਰਨਾ ਚਾਹੀਦਾ ਟਾਈਮ ਟੂ ਟਾਈਮ ਲੇਟੈਸਟ ਅਪਡੇਟ ਚਾਹੀਦੀ ਇਹਦੇ ਵਿੱਚ ਆਪਣੀ ਜੀ ਪੀ ਐੱਸ ਦੇ ਵਿੱਚ ਟਰੱਕ ਜੀ ਪੀ ਐੱਸ ਦੇ ਵਿੱਚ ਅਤੇ ਸਭ ਤੋਂ ਵੱਡਾ ਫਾਇਦਾ ਇਹ ਆ ਕਿ ਆਪਣਾ ਲੱਖਾਂ ਡਾਲਰਾਂ ਦਾ ਨੁਕਸਾਨ ਹੋਣ ਤੋਂ ਬਚਾ ਸਕਦਾ ਵਾ ਆਪਣਾ ਟਰੱਕ ਜੀ ਪੀ ਐੱਸ ਠੀਕ ਆ ਉਹ ਐਵੇਂ ਕਿ ਕਿਧਰੇ ਲੋਅ ਬ੍ਰਿਜ ਵਾਲੇ ਪਾਸੇ ਨਹੀਂ ਲੈ ਕੇ ਜਾਣਾ ਆਪਾਂ ਨੂੰ ਹੈ ਨਾ ਕੋਈ ਕੋਈ ਨੈਰੋ ਬ੍ਰਿਜ ਵਾਲੇ ਪਾਸੇ ਨਹੀਂ ਲੈ ਕੇ ਜਾਣਾ ਆਪਾਂ ਨੂੰ ਠੀਕ ਆ ਬੜੇ ਕੇਸ ਸੁਣੇ ਆ ਇੱਦਾਂ ਦੇ ਕਿ ਕਈ ਡਰਾਈਵਰ ਸਵਿਫਟ ਦੇ ਹੋਰ ਪਾਣੀ ਕਿਹੜੀ ਕਿਹੜੀ ਕੰਪਨੀ ਦਾ ਨਾਂ ਨਹੀਂ ਲੈਣਾ ਚਾਹੁੰਦਾ ਮੈਂ ਕਿ ਲੋਅ ਬ੍ਰਿਜ ਦੇ ਵਿੱਚ ਜਿੱਥੇ ਲੋਅ ਬ੍ਰਿਜ ਹੁੰਦਾ 13.6 ਦਾ ਆਪਾਂ ਟਪਾ ਸਕਦੇ ਹਾਂ ਟਰੱਕ 13.6 ਦੇ ਵਿੱਚ ਟੱਪ ਜਾਂਦਾ ਬਟ 13.6 ਤੋਂ ਘੱਟ ਹਾਈਟ ਵਾਲਾ ਆ ਗਿਆ ਬ੍ਰਿਜ ਹੈ ਨਾ ਉਹ 'ਚ ਠੋਕ ਦੇਣਾ ਬ੍ਰਿਜ ਨੂੰ ਉਹਨੂੰ ਟਰੱਕ ਨੂੰ ਆਪਣੇ ਨੂੰ ਆਪਣਾ ਟਰੱਕ ਵੀ ਭੱਜਣਾ ਟ੍ਰੇਲਰ ਵੀ ਭੱਜਣਾ ਠੀਕ ਆ ਇਹਨਾਂ ਦੋਨਾਂ ਚੀਜ਼ਾਂ ਨੁਕਸਾਨ ਹੋਣਾ ਹੋਣਾ ਲੋਡ ਦਾ ਵੀ ਨੁਕਸਾਨ ਹੋ ਜਾਣਾ ਨਾਲੇ ਅਤੇ ਬਹੁਤ ਮਹਿੰਗਾ ਪੈਂਦਾ ਲੱਖਾਂ ਡਾਲਰਾਂ ਦੇ ਹਿਸਾਬ ਨਾਲ ਟਰੱਕ ਹੀ 60-70 ਹਜ਼ਾਰ ਦੇ ਨੇ ਟਰੱਕ ਹੀ ਆ ਇਕੱਲੇ ਅਤੇ ਟ੍ਰੇਲਰ ਵੀ ਇੰਨੇ ਕੁ ਦੇ ਆ ਹੈ ਨਾ ਅਤੇ ਲੋਡ 1-1.5 ਲੱਖ 2 ਲੱਖ ਡਾਲਰ ਪਤਾ ਨਹੀਂ ਲੋਡ ਕਿੰਨੇ ਮਹਿੰਗੇ ਹੁੰਦੇ ਆ ਅਤੇ ਇੰਨਾ ਨੁਕਸਾਨ ਹੋਣ ਤੋਂ ਬਚਾ ਸਕਦਾ ਆਪਣਾ ਟਰੱਕ ਜੀ ਪੀ ਐੱਸ ਠੀਕ ਆ ਅਤੇ ਜਿਹਨਾਂ ਨੂੰ ਨਹੀਂ ਸਮਝ ਲੱਗੀ ਵੀਡੀਓ ਹੈ ਨਾ ਇੱਕ ਵਾਰ ਦੇਖਿਆ ਵਾਰ ਵਾਰ ਵੀਡੀਓ ਦੇਖ ਲਓ ਦੁਬਾਰਾ ਵੀਡੀਓ ਦੇਖ ਲਓ ਉਹਨਾਂ ਨੂੰ ਪਤਾ ਲੱਗ ਜੂਗਾ ਕਿ ਕਿਵੇਂ ਆਪਾਂ ਟਰੱਕ ਜੀ ਪੀ ਐੱਸ ਜਿਹੜਾ ਯੂਜ਼ ਕਰਦੇ ਹਾਂ ਅਤੇ ਕੀ ਫਾਇਦੇ ਆ ਕੀ ਨੁਕਸਾਨ ਆ ਉਹ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤੇ ਆ ਸਾਰੇ ਹੈ ਨਾ ਅਤੇ ਇਸ ਵੀਡੀਓ ਨੂੰ ਜਾਂਦੇ ਜਾਂਦੇ ਲਾਈਕ ਅਤੇ ਸ਼ੇਅਰ ਕਰ ਜਾਓ ਅਤੇ ਚੈਨਲ ਜਿਹਨਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ ਯਾਰ ਉਹ ਜ਼ਰੂਰੀ ਆ ਚੈਨਲ ਸਬਸਕ੍ਰਾਈਬ ਕਰਨਾ ਤਾਂ ਬਹੁਤ ਜ਼ਰੂਰੀ ਆ ਦੋਸਤੋ ਕਿਉਂਕਿ ਫਿਰ ਆਪਣਾ ਅਕਾਊਂਟ ਵਧੀ ਜਾਊਗਾ ਸਬਸਕ੍ਰਾਈਬਰ ਦਾ ਅਤੇ ਆਪਾਂ ਨੂੰ ਵੀ ਹੌਸਲਾ ਮਿਲੀ ਜਾਊਗਾ ਨਾਲ ਦੀ ਨਾਲ ਚਲੋ ਦੋਸਤੋ ਮਿਲਦੇ ਹਾਂ ਆਪਾਂ ਅਗਲੀ ਵੀਡੀਓ ਦੇ ਵਿੱਚ ਬਹੁਤ ਜਲਦੀ ਅਤੇ ਮੈਂ ਸੋਚਦਾ ਪਿਆ ਸੀਗਾ ਕਿ ਹਾਂ ਵੀ ਹੁਣ ਥੋੜ੍ਹੀਆਂ ਬਹੁਤ ਇਨਫੋਰਮੇਟਿਵ ਵੀਡੀਓ ਬਣਾਈਏ ਬਹੁਤ ਹੋ ਗਏ ਵਲੋਗ ਬਾਅਦ ਕਿਤੇ ਸ਼ੂਟ ਕਰਾਂਗੇ ਹੁਣ ਦੇਖਦਾ ਥੋੜ੍ਹੀਆਂ ਬਹੁਤ ਟੋਪਿਕ ਮੇਰੇ ਦਿਮਾਗ ਦੇ ਵਿੱਚ ਹੈਗੇ ਆ ਬਣਾਊਂਗਾ ਮੈਂ ਅਤੇ ਕਦੀ ਫਨੀ ਵੀਡੀਓ ਵੀ ਸ਼ੂਟ ਕਰਾਂਗੇ ਜੇ ਮੌਕਾ ਮਿਲਿਆ ਤਾਂ ਚਲੋ ਦੋਸਤੋ ਧੰਨਵਾਦ ਸਾਰਿਆਂ ਦਾ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਵਾਰ ਵਾਰ ਕਹਿ ਰਿਹਾ ਮੈਂ ਤੁਹਾਡੇ ਲਈ ਵੀਡੀਓ ਆਉਣਗੀਆਂ ਬਹੁਤ ਘੈਂਟ ਘੈਂਟ